ਬੱਚੇ ਸਵਾਗਤ ਹੈ ਚੈਨਲ ਵਿੱਚ ਤੇ ਅੱਜ ਆਪਾਂ ਕਰਨਗੇ ਕਰਾਂਗੇ ਪੰਜਾਬ ਬੋਰਡ ਦਾ ਜਮਾਤ 12ਵੀਂ ਦਾ ਮਾਡਲ ਟੈਸਟ ਪੇਪਰ ਟਰਮ 2 ਦਾ ਹਿਸਟਰੀ ਦਾ ਇਤਿਹਾਸ ਜੋ ਕਿ ਤੁਹਾਡਾ ਹੁਣ ਸੈਕਿੰਡ ਟਰਮ ਵਿੱਚ ਆਏਗਾ ਪੇਪਰ ਉਹਦਾ ਇੱਕ ਇਹ ਮਤਲਬ ਮਾਡਲ ਟੈਸਟ ਪੇਪਰ ਹੈ ਜਿਸ ਦੇ ਤੁਸੀਂ ਰਿਵੀਜ਼ਨ ਕਰ ਸਕਦੇ ਹੋ ਤੇ ਤੁਹਾਡੀ ਪੇਪਰ ਦੀ ਬਹੁਤ ਵਧੀਆ ਤਿਆਰੀ ਇਸ ਨਾਲ ਹੋ ਸਕਦੀ ਹੈ ਕਿਉਂਕਿ ਇਹਨਾਂ ਵਿੱਚ ਮਤਲਬ ਜ਼ਿਆਦਾਤਰ ਕੀ ਹੈ ਇੰਪੋਰਟੈਂਟ ਕੁਐਸਚਨਸ ਹੀ ਪਾਈ ਜਾਂਦੇ ਹਨ ਜੋ ਕਿ ਤੁਹਾਡੇ ਪੇਪਰਾਂ ਵਿੱਚ ਆ ਸਕਦੇ ਹਨ ਆਓ ਸ਼ੁਰੂ ਕਰਦੇ ਹਾਂ ਇਸ ਦਾ ਜਿਹੜਾ ਸਮਾਂ ਹੈ 2.5 ਘੰਟੇ ਹੋਏਗਾ 2 ਘੰਟੇ 30 ਮਿੰਟ ਤੇ ਅੰਕ ਹੋਣਗੇ 40 ਠੀਕ ਹੈ ਜੀ ਭਾਗ ਊੜਾ ਹੈ ਇਸ ਦਾ ਸਭ ਤੋਂ ਪਹਿਲਾਂ ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਲਿਖੋ ਤੇ ਪੰਜ ਪ੍ਰਸ਼ਨ ਆਣਗੇ ਇਸ ਭਾਗ ਵਿੱਚ ਤੁਹਾਨੂੰ ਜੋ ਕਿ 5 ਅੰਕਾਂ ਦੇ ਹੋਣਗੇ ਇੱਕ ਇੱਕ ਅੰਕ ਦਾ ਹਰੇਕ ਪ੍ਰਸ਼ਨ ਹੋਏਗਾ ਪਹਿਲਾ ਪ੍ਰਸ਼ਨ ਹੈ ਜ਼ਗਰੀਆ ਖਾਨ ਪੰਜਾਬ ਦਾ ਗਵਰਨਰ ਕਦੋਂ ਬਣਿਆ ਨੰਬਰ 2 ਹੈ ਦਲ ਖਾਲਸਾ ਦੀ ਸਥਾਪਨਾ ਕਦੋਂ ਹੋਈ ਨੰਬਰ 3 ਹੈ ਸਦਾ ਕੋਰ ਕੌਣ ਸੀ ਨੰਬਰ 4 ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਕੀ ਕਿਹਾ ਜਾਂਦਾ ਸੀ ਨੰਬਰ 5 ਹੈ ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ ਅੱਗੇ ਹੈ ਭਾਗ ਐਡਾ ਕਿਸੇ ਪੰਜ ਪ੍ਰਸ਼ਨਾਂ ਦਾ ਉੱਤਰ 40 ਤੋਂ 50 ਸ਼ਬਦਾਂ ਵਿੱਚ ਲਿਖੋ ਤੇ ਇਹ ਤੁਹਾਨੂੰ 7 ਪ੍ਰਸ਼ਨ ਆਉਣਗੇ ਜਿਨ੍ਹਾਂ ਵਿੱਚੋਂ 5 ਕਰਨੇ ਹੋਣਗੇ ਤੇ ਹਰੇਕ ਪ੍ਰਸ਼ਨ ਜਿਹੜਾ ਹੈ 3 ਅੰਕਾਂ ਦਾ ਹੋਏਗਾ ਪਹਿਲਾ ਪ੍ਰਸ਼ਨ ਹੈ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੇ ਨੋਟ ਲਿਖੋ ਦੂਜਾ ਹੈ ਦਲ ਖਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਤਿੰਨ ਵਿਸ਼ੇਸ਼ਤਾਵਾਂ ਲਿਖੋ ਚ ਤੀਸਰਾ ਹੈ ਸਰਬਤ ਖਾਲਸਾ ਉੱਤੇ ਨੋਟ ਲਿਖੋ ਚੌਥਾ ਹੈ ਅੰਮ੍ਰਿਤਸਰ ਦੀ ਸੰਧੀ 1809 ਦੀਆਂ ਤਿੰਨ ਸ਼ਰਤਾਂ ਲਿਖੋ ਤੇ ਨੰਬਰ 5 ਹੈ ਨਰਨਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ ਨੰਬਰ 6 ਹੈ ਪਹਿਲੇ ਐਂਗਲੋ-ਸਿੱਖ ਯੁੱਧ ਦੇ ਤਿੰਨ ਕਾਰਨ ਦੱਸੋ ਨੰਬਰ 7 ਹੈ ਜਲਿਆਂ ਵਾਲਾ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਮਤਲਬ ਜਲਿਆਂ ਦੀਆਂ ਚਿੱਲਿਆਂ ਵਾਲਾ ਚਿੱਲਿਆਂ ਵਾਲਾ ਦੀ ਲੜਾਈ ਬਾਰੇ ਤੁਸੀਂ ਕੀ ਜਾਣਦੇ ਹੋ ਤੇ ਇਹ ਹੋ ਗਿਆ ਆਪਣਾ ਭਾਗ ਐਡਾ ਜੋ ਕਿ 15 ਅੰਕਾਂ ਦਾ ਆਏਗਾ ਭਾਗ ਈੜੀ ਹੈ ਪੈਰੇ ਵਿੱਚੋਂ ਤੁਸੀਂ ਜਿਹੜੇ ਪ੍ਰਸ਼ਨ ਉੱਤਰ ਹਨ ਉਹ ਮਤਲਬ ਲੱਭਣੇ ਹਨ ਮਤਲਬ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਚਾਰ ਅੰਕਾਂ ਦਾ ਹੋਏਗਾ ਤੁਹਾਡਾ ਇਹ ਕੰਪਰੀਹੈਂਸ਼ਨ ਪੈਰਾ ਰਚਨਾ ਮਤਲਬ ਅੰਡਿੱਠਾ ਪੈਰਾ ਇੱਕ ਪੈਰਾ ਤੁਹਾਨੂੰ ਕੋਈ ਵੀ ਆ ਸਕਦਾ ਹੈ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਜੇ ਤੁਸੀਂ ਇਹ ਪੜ੍ਹਨਾ ਹੈ ਧਿਆਨ ਨਾਲ ਤੇ ਅੱਗੇ ਇਸ ਵਿੱਚ ਤੁਹਾਨੂੰ ਜਿਹੜੇ ਹਨ ਪ੍ਰਸ਼ਨ ਆਉਣਗੇ ਚਾਰ ਇੱਕ ਇੱਕ ਅੰਕ ਦਾ ਇੱਕ ਪ੍ਰਸ਼ਨ ਹੋਏਗਾ ਜੋ ਕਿ ਚਾਰ ਅੰਕਾਂ ਦਾ ਹੋਏਗਾ ਪਹਿਲਾ ਪ੍ਰਸ਼ਨ ਹੈ ਸਿੰਘਪੁਰਿਆ ਮਿਸਲ ਦਾ ਦੂਜਾ ਨਾਂ ਕੀ ਸੀ ਇਹ ਤੁਸੀਂ ਇਹਦੇ ਵਿੱਚੋਂ ਪੜ੍ਹ ਕੇ ਉੱਤਰ ਦੇ ਸਕਦੇ ਹੋ ਇਸ ਪੈਰੇ ਵਿੱਚੋਂ ਅੱਗੇ ਹੈ ਨੰਬਰ 2 ਨਵਾਬ ਕਪੂਰ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਨੰਬਰ 3 ਹੈ ਨਵਾਬ ਕਪੂਰ ਸਿੰਘ ਨੇ ਕਿਸ ਸਾਥੋਂ ਅੰਮ੍ਰਿਤ ਛਕਿਆ ਸੀ ਤੇ ਨੰਬਰ 4 ਬਾਬਾ ਆਲਾ ਸਿੰਘ ਕਿਸ ਮਿਸਲ ਦਾ ਮੁਡੀ ਸੀ ਅੱਗੇ ਹੈ ਭਾਗ ਸ ਕਿਸੇ ਦੋ ਪ੍ਰਸ਼ਨਾਂ ਦਾ ਉੱਤਰ 100 ਤੋਂ 150 ਸ਼ਬਦਾਂ ਵਿੱਚ ਲਿਖੋ ਤੁਹਾਨੂੰ ਇਸ ਚੋਂ ਚਾਰ ਪ੍ਰਸ਼ਨ ਆਉਣਗੇ ਜਿਦੇ ਵਿੱਚੋਂ ਦੋ ਕਰਨੇ ਹੋਣਗੇ ਦੋ 5-5 ਅੰਕਾਂ ਦੇ ਪ੍ਰਸ਼ਨ ਹੋਣਗੇ ਮਤਲਬ ਪਹਿਲਾ ਹੈ ਦਲ ਖਾਲਸਾ ਦੇ ਉਥਾਨ ਦੇ ਕੀ ਕਾਰਨ ਸਨ ਦੂਜਾ ਹੈ ਮੁਗਲਾਂ ਅਧੀਨ ਪੰਜਾਬ ਦੀ ਸਮਾਜਿਕ ਦਸ਼ਾ ਉੱਤੇ ਨੋਟ ਲਿਖੋ ਤੀਜਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਉੱਤਰ ਪੱਛਮੀ ਨੀਤੀ ਦਾ ਵਰਣਨ ਕਰੋ ਚੌਥਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਤੇ ਨੋਟ ਲਿਖੋ ਇਹ ਹੋਗੇ ਦੋ ਪ੍ਰਸ਼ਨ ਤੁਹਾਡੇ 10 ਅੰਕਾਂ ਦੇ ਠੀਕ ਹੈ ਜੀ ਅੱਗੇ ਹੈ ਭਾਗ ਹਾਹਾ ਹਾਂ ਹਾਂ ਭਾਗ ਵਿੱਚ ਦੋ ਪ੍ਰਸ਼ਨ ਤੁਹਾਨੂੰ ਮਤਲਬ ਦੇਣਗੇ ਇਹ ਜਿਸ ਵਿੱਚ ਕੀ ਹੈ ਦਿੱਤੇ ਗਏ ਪੰਜਾਬ ਦੇ ਨਕਸ਼ੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦੇ ਕੋਈ ਚਾਰ ਸਥਾਨ ਪਰੋਤੇ ਭਰੇ ਗਏ ਸਥਾਨਾਂ ਦੀ ਵਿਆਖਿਆ ਕਰੋ ਹਰੇਕ ਸਥਾਨ ਦੀ ਵਿਆਖਿਆ 10-15 ਸ਼ਬਦਾਂ ਵਿੱਚ ਕਰੋ ਜਾਂ ਫਿਰ ਦਿੱਤੇ ਗਏ ਪੰਜਾਬ ਦੇ ਨਕਸ਼ੇ ਵਿੱਚ ਦੂਜੇ ਐਂਗਲੋ ਸਿੱਖ ਯੁੱਧ ਦੇ ਕੋਈ ਚਾਰ ਸਥਾਨ ਪਰੋਤੇ ਭਰੇ ਗਏ ਸਥਾਨਾਂ ਦੀ ਵਿਆਖਿਆ ਕਰੋ ਹਰੇਕ ਸਥਾਨ ਦੀ ਵਿਆਖਿਆ 10 ਤੋਂ 15 ਸ਼ਬਦਾਂ ਵਿੱਚ ਕਰੋ ਠੀਕ ਹੈ ਜੀ ਇਹ 6 ਅੰਕ ਦਾ ਤੁਹਾਡਾ ਹੋਏਗਾ ਇਸ ਦੀ ਮਤਲਬ ਨਕਸ਼ਾ ਜਿਹੜਾ ਭਰਨਾ ਪਲੱਸ 2 ਨੰਬਰ ਉਸ ਦੇ ਵਿਆਖਿਆ 6 ਅੰਕਾਂ ਦਾ ਹੋਏਗਾ ਕੁੱਲ ਤੇ ਇਹ ਹੋਗੇ ਤੁਹਾਡੇ 40 ਨੰਬਰ ਸਾਰੇ ਟੋਟਲ 40 ਅੰਕਾਂ ਦਾ ਤੁਹਾਡਾ ਪੇਪਰ ਹੋਏਗਾ ਇਹ ਤੇ ਜੇ ਮਤਲਬ ਇਸ ਕੁਐਸਚਨ ਪੇਪਰ ਤੁਸੀਂ ਤਿਆਰੀ ਕਰੋਗੇ ਰਿਵੀਜ਼ਨ ਕਰੋਗੇ ਤਾਂ ਤੁਹਾਡੀ ਬਹੁਤ ਤਿਆਰੀ ਹੋ ਸਕਦੀ ਹੈ ਰਿਵੀਜ਼ਨ ਨਾਲ ਚੰਗੀ ਤਰ੍ਹਾਂ ਆਪਣੇ ਜਿਹੜੇ ਚੈਪਟਰ ਨੇ ਇਹਨਾਂ ਨੂੰ ਥੋਰਲੀ ਪੜੋ ਜਿਨ੍ਹਾਂ ਵਿੱਚੋਂ ਪ੍ਰਸ਼ਨ ਆਏ ਹਨ ਠੀਕ ਹੈ ਜੀ ਉਸ ਤੋਂ ਵਿੱਚ ਤੁਸੀਂ ਇਹ ਆਨਸਰ ਬੜੇ ਸੌਖੇ ਤਰੀਕੇ ਨਾਲ ਦੇ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਹੋਵੇ ਸਮਝ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਆਪਣੇ ਹੋਰ ਯਾਰਾ ਮਿੱਤਰਾਂ ਨਾਲ ਜੋ ਕਿ ਇਸ ਮਤਲਬ ਕਲਾਸ ਵਿੱਚ ਤੁਹਾਡੇ ਪੜ੍ਹਦੇ ਹਨ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ